ਸਿੱਖਸ ਫਾਰ ਹਿਊਮੈਨਿਟੀ ਵੱਲੋਂ ਸਮੇਂ ਸਮੇਂ ਤੇ ਵੱਖ ਵੱਖ ਮਾਨਵ ਭਲਾਈ ਦੇ ਕਾਰਜ ਕੀਤੇ ਜਾਂਦੇ ਰਹਿੰਦੇ ਨੇ। ਬੀਤੇ ਦਿਨ ਸਾਨ ਫਰਾਂਸਿਸਕੋ ਵਿਖੇ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਵਿੱਚ ਸਿੱਖਸ ਫਾਰ ਹਿਊਮੈਨਿਟੀ ਦੇ ਸੇਵਾਦਾਰਾਂ ਵੱਲੋਂ ਐਥਲੀਟਸ ਦੇ ਲਈ ਪਾਣੀ ਦੇ ਲੰਗਰ ਲਗਾਏ ਗਏ। ਇਸ ਦੇ ਨਾਲ ਹੀ ਸਿੱਖ ਫਾਰ ਹਿਊਮੈਨਿਟੀ ਦੇ ਸੇਵਾਦਾਰਾਂ ਨੇ ਵੱਖ ਵੱਖ ਦੌੜਾਂ ਵਿੱਚ ਹਿੱਸਾ ਵੀ ਲਿਆ। ਕੈਲੀਫੋਰਨੀਆ ਦੇ ਸ਼ਹਿਰ ਸਾਨ ਫਰਾਂਸਿਸਕੋ ਵਿਖੇ 42ਵੀਂ ਮੈਰਾਥਨ ਦੌੜ ਵਿੱਚ ਸਿੱਖਾਂ ਨੇ ਇਸ ਵਾਰ ਵੱਧ ਚੜ੍ਹ ਕੇ ਹਿੱਸਾ ਲਿਆ। ਸਿੱਖਸ ਫਾਰ ਹਿਊਮੈਨਿਟੀ ਨਾਂ ਦੀ ਜਥੇਬੰਦੀ ਵੱਲੋਂ ਲਗਾਤਾਰ ਦੂਸਰੇ ਸਾਲ 60 ਦੇ ਕਰੀਬ ਸੇਵਾਦਾਰਾਂ ਦੇ ਨਾਲ ਇਸ ਮੈਰਾਥਨ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਵਿੱਚ ਬੱਚੇ, ਬੀਬੀਆਂ, ਬਜ਼ੁਰਗ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਇਸ ਇਤਿਹਾਸਿਕ ਮੈਰਾਥਨ ਦੌਰਾਨ ਦੌੜਾਕਾਂ ਵਾਸਤੇ ਪਾਣੀ ਅਤੇ ਇਲੈਕਟ੍ਰੋਲੀਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੈਰਾਥਨ ਕਮੇਟੀ ਦੇ ਸਹਿਯੋਗ ਦੇ ਨਾਲ ਪਾਣੀ ਦੇ ਸਟਾਲ ਨੰਬਰ 12 ਦਾ ਪ੍ਰਬੰਧ ਸਿੱਖਸ ਫਾਰ ਹਿਊਮੈਨਿਟੀ ਦੇ ਸੇਵਾਦਾਰ ਪਰਮਜੋਤ ਸਿੰਘ ਭਾਟੀਆ ਦੇ ਸਹਿਯੋਗ ਨਾਲ ਕੀਤਾ ਗਿਆ। ਪਾਣੀ ਦੀ ਸੇਵਾ ਦੇ ਨਾਲ ਨਾਲ ਸਿੱਖਾਂ ਨੇ ਦੌੜਾਕਾਂ ਦੀ ਹੌਸਲਾ ਅਫਜਾਈ ਵੀ ਕੀਤੀ, ਜਿਸ ਦੀ ਮੈਰਾਥਨ ਕਮੇਟੀ ਅਤੇ ਦੌੜਾਕਾਂ ਨੇ ਭਰਪੂਰ ਸ਼ਲਾਘਾ ਅਤੇ ਧੰਨਵਾਦ ਕੀਤਾ। ਸੇਵਾ ਦੇ ਨਾਲ ਨਾਲ ਆਪਣੇ ਲੋਕਾਂ ਵਿੱਚ ਸਿਹਤ ਪੱਖੋਂ ਜਾਗਰੂਕਤਾ ਲਿਆਉਣ ਦੇ ਲਈ ਸੰਸਥਾ ਦੇ ਨਾਲ ਸੰਬੰਧਿਤ 12 ਦੌੜਾਕ, ਜਿਨ੍ਹਾਂ ਵਿੱਚ ਨਰਿੰਦਰ ਕੌਰ ਸੇਖੋਂ, ਹਰਸਿਮਰਨਪ੍ਰੀਤ ਕੌਰ ਮਾਂਗਟ, ਰਜਿੰਦਰ ਸਿੰਘ ਸੇਖੋਂ, ਕਮਲਜੀਤ ਸਿੰਘ ਬੈਨੀਪਾਲ, ਮਨਜੋਤ ਸਿੰਘ ਬੈਨੀਪਾਲ, ਰਵਿੰਦਰ ਸਿੰਘ ਟਾਂਡਾ, ਬਲਜੀਤ ਸਿੰਘ, ਸੁਖਵਿੰਦਰ ਸਿੰਘ, ਪਰਮਿੰਦਰਪਾਲ ਸਿੰਘ, ਚਰਨਜੀਤ ਸਿੰਘ ਧਾਲੀਵਾਲ, ਅਵੀ ਸਿੰਘ ਅਤੇ ਅਜਮੇਰ ਸਿੰਘ ਪੁਰੇਵਾਲ ਨੇ ਇਸ ਦੌੜ ਵਿੱਚ ਹਿੱਸਾ ਲਿਆ। ਅਜਿਹੇ ਕਮਿਊਨਿਟੀ ਕੰਮਾਂ ਦੇ ਵਿੱਚ ਹਿੱਸਾ ਲੈਣ ਦੇ ਨਾਲ ਜਿੱਥੇ ਹੋਰਨਾਂ ਕਮਿਊਨਿਟੀਜ਼ ਦੇ ਲੋਕਾਂ ਨਾਲ ਸਾਡੀ ਭਾਈਚਾਰਕ ਸਾਂਝ ਵੱਧਦੀ ਹੈ, ਉੱਥੇ ਹੀ ਦਸਤਾਰਧਾਰੀ ਦੀ ਪਛਾਣ ਇੱਕ ਚੰਗੇ ਸ਼ਹਿਰੀ ਵਜੋਂ ਹੋਣ ਵਿੱਚ ਵੀ ਸਹਾਈ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਲੇ ਬੱਲੇ ਇਲੈਕਟ੍ਰੋਲਾਈਟਸ, ਇਲੈਕਟ੍ਰੋਲਾਈਟਸ ਗਾਇਸ। ਹਾਂਜੀ, ਅਸੀਂ ਆਏ ਹਾਂ ਸੈਨ ਫਰਾਂਸਿਸਕੋ ਮੈਰਾਥਨ ਦੇ ਉੱਤੇ। ਇਟਸ ਅ ਗ੍ਰੇਟ ਹੰਬਲ ਪ੍ਰਿਵਿਲੇਜ ਅਪੋਰਚੁਨਿਟੀ ਜਸਟ ਟੂ ਬੀ ਹੇਅਰ ਐਂਡ ਸਰਵਿੰਗ ਦ ਗ੍ਰੇਟ ਆਸਮ ਮੈਰਾਥਨਰਸ ਹੇਅਰ। ਸੋ ਵਾਟ ਇਨਸਪਾਇਰਡ ਯੂ ਟੂ ਬੀ ਹੇਅਰ ਟੂਡੇ? Just the volunteers and, you know, just the folks who are running this marathon. You know, I just wanted to be here in whatever less or whatever the least I could do here. So it's great to be here. Thank you for volunteering. Thank you. Water. Aaj marathon San Francisco di jadi ode layi kar rahe ha assi udham Sikhs for Humanity wallon. That's our annual show up here. ਅਤੇ ਸਾਰਿਆਂ ਨੂੰ ਵਧਾਈਆਂ ਹੋਣ ਕਿ ਅਸੀਂ ਸਿੱਖਾਂ ਦਾ ਜਿਹੜਾ ਹੈ ਪ੍ਰੈਜੈਂਟ ਕਰ ਰਹੇ ਹਾਂ ਆਪਣੇ ਆਪ ਨੂੰ, ਸੋ ਦੈਟ ਅਵੇਅਰਨੈਸ ਹੋਏ ਸਿੱਖਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਗਤ, ਮਾਈ ਨੇਮ ਇਜ਼ ਪਿਰਮ ਸਿੰਘ, ਆਈ ਐਮ ਇਨਕਮਿੰਗ ਫਰੈਸ਼ਮੈਨ ਐਟ ਸੈਨ ਫਰਾਂਸਿਸਕੋ ਸਟੇਟ ਯੂਨੀਵਰਸਿਟੀ, ਐਂਡ ਆਈ ਗਾਟ ਇਨ ਵਿਦ ਸਿੱਖਸ ਫਾਰ ਹਿਊਮੈਨਿਟੀ ਬਿਕੋਜ਼ ਆਈ ਵਾਂਟ ਟੂ ਡੂ ਸਮਥਿੰਗ ਅਬਾਊਟ the Sikh Sangat, not just in the Gurdwara Sahib. We're doing seva outside into our community, so that not only like people who know who we are, but they know that youth are involved and the community is involved, not just for the elderly people, not for those adults, but also for the youth. And if you really want to come out, contact me or contact the Sikhs for Humanity page on their Facebook page. Vaheguru Ji Ka Khalsa, Vaheguru Ji Ki Fateh. Vaheguru Ji Ka Khalsa, Vaheguru Ji Ki Fateh. ਰਾਸਦਾ ਨਾਮ ਦਿਲਬਾਗ ਸਿੰਘ। ਅੱਜ ਸਿੱਖਸ ਫੋਰ ਹਿਊਮੈਨਿਟੀ ਵੱਲੋਂ ਇਸ ਸੈਨ ਫਰਾਂਸਿਸਕੋ ਮੈਰਾਥਨ ਦੇ ਵਿੱਚ ਭਾਗ ਲੈਣ ਦਾ ਸੁਭਾਗ ਪ੍ਰਾਪਤ ਹੋਇਆ, ਅਤੇ ਰਨਰਸ ਨੂੰ ਪਾਣੀ ਅਤੇ ਇਲੈਕਟ੍ਰੋਲਾਈਟਸ ਦੀ ਸੇਵਾ ਕੀਤੀ ਜਾ ਰਹੀ ਹੈ। ਅਤੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ, ਜੋ ਤੁਸੀਂ ਦੇਖ ਰਹੇ ਹੋ, ਘੱਟੋ ਘੱਟ 27,000-28,000 ਦੇ ਕਰੀਬ ਰਨਰ ਨੇ। ਅਤੇ ਸੰਗਤਾਂ ਜਿਹੜੀਆਂ ਤੋਂ ਆਈਆਂ ਸੈਨ ਫਰਾਂਸਿਸਕੋ, ਮੈਂਟੀਕਾ, ਲੇਥਰਕ, ਸਟੋਕਟਨ, ਕਈ ਪਾਸਿਓਂ ਇੱਥੇ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਬਹੁਤ ਸੋਹਣਾ ਦਿਨ ਹੈ, ਬਹੁਤ ਵਧੀਆ ਦਿਨ ਲੱਗਾ, ਅਤੇ ਗੁਰੂ ਨਾਨਕ ਨਾਮ ਦੇ ਹਿਸਾਬ ਦੇ ਨਾਲ, ਸਿੱਖਾਂ ਦੇ ਸੇਵਾ ਦੇ ਕਸਬੇ ਦੇ ਨਾਲ ਅੱਜ ਇੱਥੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅੰਮ੍ਰਿਤਪਾਲ ਸਿੰਘ ਚੀਮਾ ਜੀ। ਅੱਜ ਇੱਥੇ ਸਿੱਖਸ ਫੋਰ ਹਿਊਮੈਨਿਟੀ ਵੱਲੋਂ ਸੈਨ ਫਰਾਂਸਿਸਕੋ ਮੈਰਾਥੋਨ 'ਤੇ ਆਏ ਹੋਏ ਹਾਂ। ਮੌਕਾ ਪਰਮਾਤਮਾ ਨੇ ਬਖਸ਼ਿਆ ਸਾਨੂੰ ਇਹ ਸੇਵਾ ਕਰਨ ਦਾ। ਸਭ ਤੋਂ ਵੈਸਟ ਕੋਸਟ ਦੀ ਸਭ ਤੋਂ ਵੱਡੀ ਇਹ ਮੈਰਾਥੋਨ ਹੈਗੀ ਹੈ, ਔਰ ਇੱਥੇ ਅੱਜ ਦੇਖ ਰਹੇ ਹੋ ਤੁਸੀਂ ਬਹੁਤ ਸੋਹਣਾ ਮੌਸਮ, ਔਰ ਕਾਫੀ ਰਨਰਸ
आए हुए ने इत्थे और सेवा चल रही है। वाहेगुरु सारिआं नूं इस तई सेवा का मौका बख्शा रहे। वाहेगुरु जी की खालसा वाहेगुरु जी की फतेह। टुडे वी आर हेयर एट द एनुअल सैन फ्रांसिस्को मैराथन। एवरी ईयर वी कम टू दिस ऑपर्चुनिटी टू वॉलंटियर सेवा। टुडे वी आर ब्रिंगिंग सिख अवेयरनेस। Today the Sangat from Sikhs for Humanity, Gurdwara Sahib of Fremont, San Jose Gurdwara, various Gurdwaras of Northern California are here today to bring about Sikh awareness. This is our second annual San Francisco Marathon where the Sikh Sangat has participated. We are on the 21st mile of the San Francisco Marathon. For future seva, please contact Sikhs for Humanity. Please follow our Facebook page. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦਾ ਦਿਨ ਆ, ਸਿਟੀ ਆਫ ਸੈਨ ਫ੍ਰਾਂਸਿਸਕੋ, ਸੰਗਤਾਂ ਆਈਆਂ ਸਿਕਸ ਫਾਰ ਹਿਊਮੈਨਿਟੀ ਵੱਲੋਂ। ਕੋਈ 27,000 ਦੇ ਕਰੀਬ ਇੱਥੇ ਜਿਹੜੇ ਲੋਕ ਆ ਉਹ ਮੈਰਾਥੋਨ ਦੇ ਵਿੱਚ ਪਾਰਟੀਸਪੇਟ ਕਰ ਰਹੇ ਆ। ਇਟਸ ਵਨ ਆਫ ਦਾ ਬਿਗੈਸਟ ਮੈਰਾਥੋਨ ਇਨ ਕੈਲੀਫੋਰਨੀਆ। ਅਤੇ ਅਸੀਂ ਦੂਸਰੀ ਵਾਰੀ ਇਹ ਪਾਰਟੀਸਪੇਟ ਕੀਤਾ ਆ ਸਿਕਸ ਫਾਰ ਹਿਊਮੈਨਿਟੀ ਵੱਲੋਂ। ਅਤੇ ਕਾਫੀ ਵਲੰਟੀਅਰ ਆਏ ਨੇ, ਬੜਾ ਉਤਸ਼ਾਹ ਆ। ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਆ ਕਿ ਇਸ ਵੇਲੇ ਵਲੰਟੀਅਰ ਦੇ ਵਿੱਚ ਬਹੁਤੇ ਜਿਹੜੇ ਆ ਉਹ ਯੂਥ, ਬੱਚੇ ਅਤੇ ਬੀਬੀਆਂ, ਉਹਨਾਂ ਨੇ ਪਾਰਟੀਸਪੇਟ ਕੀਤਾ, ਜਿਹਦੇ ਕਰਕੇ ਹੋਰ ਵੀ ਚੰਗਾ ਲੱਗ ਰਿਹਾ ਕਿ ਸਾਡੀ ਨੈਕਸਟ ਜਨਰੇਸ਼ਨ ਜਿਹੜੀ ਆ ਉਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਲੈ ਕੇ, ਸੇਵਾ ਦਾ ਜਿਹੜਾ ਆ ਫਲਸਫਾ ਉਹ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਨੇ। ਅਤੇ ਸਾਰੀ ਦੁਨੀਆਂ ਦੇ ਵਿੱਚ ਇੱਥੇ ਪਤਾ ਲੱਗਦਾ ਆ ਕਿ ਸਾਡਾ ਕੀ ਮਾਈਂਡਸੈਟ ਆ। ਅਸੀਂ ਇੱਥੇ ਸਵੇਰ ਤੋਂ ਜੀ 6 ਵਜੇ ਟੇਬਲ ਸੈਟਅਪ ਕੀਤੇ ਸੀਗੇ। ਪਾਣੀ ਅਤੇ ਇਲੈਕਟ੍ਰੋਲਾਈਟ ਦੀ ਸੇਵਾ ਜਿਹੜੀ ਆ ਉਹ ਵਲੰਟੀਅਰ ਇੱਥੇ ਕਰ ਰਹੇ ਆ। ਅਤੇ ਇੱਕ ਖੁਸ਼ੀ ਦੀ ਹੋਰ ਵੀ ਗੱਲ ਆ ਕਿ ਇਸ ਵਾਰੀ ਮੈਰੇਥੋਨ ਦੇ ਵਿੱਚ ਵੀ ਸਾਡੇ ਕਾਫੀ ਬੰਦੇ ਜਿਹੜੇ ਆ ਉਹ ਆਪ ਆਪਣੇ ਹਿੱਸਾ ਲੈ ਰਹੇ ਨੇ। ਅਤੇ ਸਰ ਪਰਮਿੰਦਰ ਸਿੰਘ, ਬਲਜੀਤ ਸਿੰਘ, ਹੋਰ ਸਾਰੇ ਜਾਣੇ ਇੱਥੇ ਆ ਕੇ ਸੇਖੋ ਸਾਹਿਬ ਹਿੱਸਾ ਲੈ ਰਹੇ ਨੇ, ਉਹਦੀ ਫੈਮਿਲੀ ਹਿੱਸਾ ਲੈ ਰਹੀ ਆ। ਅਤੇ ਸਿਕਸ ਫੋਰ ਹਿਊਮੈਨਿਟੀ ਵੱਲੋਂ ਜਿਹੜੇ ਵਲੰਟੀਅਰ ਆ ਸਾਰੇ ਏਰੀਆਸ ਤੋਂ ਆਏ ਨੇ, ਤਕਰੀਬਨ ਸਟੋਕਟਨ, ਮੰਟੀਕਾ, ਮੌਂਟਨ ਹਾਊਸ, ਫਰੀ ਮੌਂਟ ਅਤੇ ਬੇਰੀਆ ਦੀਆਂ ਹੋਰ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ। ਸੋ ਬੜਾ ਚੰਗਾ ਲੱਗ ਰਿਹਾ ਜੀ ਸੇਵਾ ਕਰਨੀ ਇੱਥੇ, ਅਤੇ ਪਾਣੀ ਪਿਲਾਉਣਾ, ਇਲੈਕਟ੍ਰੋਲਾਈਟ ਪਿਲਾਉਣਾ। ਜਿਹੜੇ ਇੱਥੇ ਪਾਰਟੀਸਪੇਟ ਕਰ ਰਹੇ ਨੇ ਉਹ ਬੜੇ ਖੁਸ਼ ਨੇ, ਅਤੇ ਸਾਡੀ ਦਸਤਾਰ ਦੀ ਜਿਹੜੀ ਜਾਣ ਪਛਾਣ ਆ ਉਹ ਵੀ ਇਹਨਾਂ ਲੋਕਾਂ ਦੇ ਵਿੱਚ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਹੀ ਸਾਹਿਬ, ਮੈਂ ਇੱਕ ਗੱਲ ਹੋਰ ਪੁੱਛਣਾ ਚਾਹਾਂਗਾ, ਜਿਵੇਂ ਤੁਸੀਂ ਦੱਸਿਆ ਕਿ ਤੁਹਾਡਾ ਇਹ ਲਗਾਤਾਰ ਦੂਜਾ ਸਾਲ ਹੈ ਤੁਸੀਂ ਇਸ ਮੈਰਾਥਨ ਵਿੱਚ ਭਾਗ ਲੈ ਰਹੇ ਹੋ, ਜਲਦੀ ਸੇਵਾ ਕਰ ਰਹੇ ਹੋ, ਭਾਈ ਘਨੱਈਏ ਦੇ ਫਲਸਫੇ ਨੂੰ ਲੈ ਕੇ ਤੁਸੀਂ ਅੱਗੇ ਤੋਰ ਰਹੇ ਹੋ ਗੁਰਬਾਣੀ ਦੇ ਆਸ਼ੇ ਅਨੁਸਾਰ, ਅਤੇ ਜੇ ਹੋਰ ਸੰਗਤਾਂ ਨੇ ਆ ਕੇ ਤੁਹਾਡੇ ਨਾਲ ਜੁੜਨਾ ਹੋਵੇ, ਹੋਰ ਸੰਗਤਾਂ ਨੇ ਵੀ ਅਗਲੇ ਸਾਲ ਇੱਦਾਂ ਦੀ ਸੇਵਾ ਜੇ ਤੁਸੀਂ ਫਿਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਫਿਰ ਦੁਬਾਰਾ ਕੀਤੀ, ਤਾਂ ਲੋਕ ਕਿਵੇਂ ਤੁਹਾਨੂੰ ਕੰਟੈਕਟ ਕਰ ਸਕਦੇ ਨੇ? ਸਭ ਤੋਂ ਸੌਖਾ ਢੰਗ ਹੈ ਜੀ ਸਿਕਸ ਫਾਰ ਹਿਊਮੈਨਿਟੀ, SIKHS ਫੋਰ ਹਿਊਮੈਨਿਟੀ, ਫੇਸਬੁੱਕ 'ਤੇ ਜੁਆਇਨ ਕਰੋ। ਉੱਥੇ ਤਕਰੀਬਨ ਜੋ ਵੀ ਹੋਰ ਸੇਵਾ ਦੇ ਪ੍ਰੋਜੈਕਟ ਆ ਸਿਕਸ ਫਾਰ ਹਿਊਮੈਨਿਟੀ ਵੱਲੋਂ, ਇਸ ਤਰ੍ਹਾਂ ਦੇ ਪ੍ਰੋਜੈਕਟ ਉਹਨਾਂ ਦਾ ਪਤਾ ਲੱਗਦਾ ਆ। ਇਹ ਤਕਰੀਬਨ ਨੌਰਥ ਕੈਲੀਫੋਰਨੀਆ ਦੇ ਵਿੱਚ ਸਾਰੇ ਹੀ ਗੁਰਦੁਆਰੇ, ਸਾਰੇ ਓਰਗਨਾਈਜੇਸ਼ਨਾਂ ਇਕੱਠੀਆਂ ਹੋ ਕੇ ਇਹਦੇ ਵਿੱਚ ਹਿੱਸਾ ਲੈਂਦੀਆਂ। ਸੋ ਫੇਸਬੁੱਕ ਦੇ ਨਾਲ ਜੁੜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਕਸ਼ਮੀਰ ਸਿੰਘ ਜੀ ਸ਼ਾਹੀ, ਜਿਹੜੇ ਸਿਕਸ ਫਾਰ ਹਿਊਮੈਨਿਟੀ ਦੇ ਮੁੱਖ ਬੁਲਾਰੇ ਨੇ। ਹੁਣ ਮੈਂ ਤੁਹਾਨੂੰ ਦਿਖਾਵਾਂਗਾ ਸੈਨ ਫ੍ਰਾਂਸਿਸਕੋ ਮੈਰਾਥਨ ਵਿੱਚ ਭਾਗ ਲੈ ਰਹੇ ਅਤੇ ਜਿਹੜੇ ਉਦਮੀ ਰਨਰਸ ਨੇ, ਦੌੜਾਕ ਨੇ, ਉਹ ਕਿੰਨੀ ਸ਼ਿੱਦਤ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਜਿੱਥੋਂ ਤੱਕ ਤੁਸੀਂ ਦੇਖ ਸਕਦੇ ਆ ਉਹ ਪਿੱਛੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ, ਰਨਰ ਜਿਹੜੇ ਨੇ ਭੱਜ ਰਹੇ ਨੇ, ਅਤੇ ਸਿਕਸ ਫਾਰ ਹਿਊਮੈਨਿਟੀ ਦੇ ਵਲੰਟੀਅਰ ਉਹਨਾਂ ਦੀ ਪਾਣੀ ਦੇ ਨਾਲ ਅਤੇ ਵਲੰਟੀਅਰ ਦੇ ਨਾਲ ਇਲੈਕਟ੍ਰੋਲਾਈਟਸ ਦੇ ਨਾਲ ਸੇਵਾ ਕਰ ਰਹੇ ਨੇ। ਮੇਨ ਇਸ ਚੀਜ਼ ਦੇ ਸੇਵਾ ਦੇ ਵਿੱਚ ਤੁਸੀਂ ਇਹ ਦੇਖੋ ਕਿ ਅੱਜ ਦੀ ਸੇਵਾ ਦੇ ਵਿੱਚ ਜਿੱਥੇ ਸਾਡੇ ਛੋਟੇ ਬੱਚੇ, ਬੀਬੀਆਂ, ਭੈਣਾਂ, ਬਜ਼ੁਰਗ ਸਾਰੇ ਵੱਧ ਚੜ੍ਹ ਕੇ ਇਸ ਸੇਵਾ ਵਿੱਚ ਭਾਗ ਲੈ ਰਹੇ ਨੇ, ਜਿਹਦੇ ਨਾਲ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਤੁਸੀਂ ਵੀ ਘਰ ਬੈਠੇ ਅਰਦਾਸ ਕਰ ਸਕਦੇ ਆ। ਤੇ ਜਿੱਥੇ ਜਿੱਥੇ ਵੀ ਸਾਨੂੰ ਸੇਵਾ ਦਾ ਮੌਕਾ ਮਿਲਦਾ ਅਸੀਂ ਸੇਵਾ ਕਰਨ ਦੀ ਕੋਸ਼ਿਸ਼ ਕਰੀਏ, ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੀਏ ਤੇ ਕੌਮ ਦੀ, ਮੁਲਕ ਦੀ ਸੇਵਾ ਦੇ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਈਏ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ, ਮੇਰਾ ਨਾਮ JP ਸਿੰਘ ਹੈ, ਮੈਂ ਫਰੀਮੌਂਟ ਸਾਹਿਬ ਤੋਂ ਹੈਗਾ ਵਾਂ ਤੇ ਅਸੀਂ ਫਰੀਮੌਂਟ ਗੁਰਦੁਆਰਾ ਸੇਵਾ ਕਰਦੇ ਹਾਂ। ਉਸ ਤੋਂ ਹੀ ਪਤਾ ਲੱਗਿਆ ਮੈਰਾਥਨ ਤੇ ਆਉਣਾ ਹੈਗਾ ਤੇ ਭਾਈ ਘਨੱਈਆ ਜੀ ਦੀ ਜਿਹੜੀ ਰੀਤ ਚੱਲੀ ਹੋਈ ਹੈ ਉਹਨੂੰ ਅੱਗੇ ਵਧਾਉਣ ਵਾਸਤੇ ਜਲਦੀ ਸੇਵਾ ਇੱਥੇ ਕਰਨ ਆਏ ਹੈਗੇ ਹਾਂ, ਬੱਚਿਆਂ ਨਾਲ ਆਏ ਹੈਗੇ ਹਾਂ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਆਈ ਐਮ ਹੇਅਰ ਫੋਰ ਵਾਲੰਟੀਅਰਿੰਗ ਫੋਰ ਦ ਸੈਨ ਫ੍ਰਾਂਸਿਸਕੋ ਮੈਰਾਥਨ। ਇਹ ਮੇਰੀ ਪਹਿਲੀ ਵਾਰੀ ਹੈ ਜਿੱਥੇ ਮੈਂ ਵਾਲੰਟੀਅਰ ਕਰ ਰਿਹਾ ਸੈਨ ਫ੍ਰਾਂਸਿਸਕੋ ਵਿੱਚ। ਆਈ ਐਮ ਫੀਲਿੰਗ ਰੀਲੀ ਗ੍ਰੇਟ ਅਬਾਊਟ ਇਟ। ਥੈਂਕ ਯੂ। ਇਲੈਕਟ੍ਰੋਲਾਈਟ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਪਰਮਿੰਦਰ ਸਿੰਘ ਸਾਹੀ, ਮੇਰੀ ਬੇਟੀ ਦਿਆਪ੍ਰੀਤ ਕੌਰ ਸਾਹੀ, ਅਸੀਂ ਬਟੀਕਾ ਸ਼ਹਿਰ ਤੋਂ ਆਏ ਹਾਂ ਸਿੱਖਸ ਫੋਰ ਹਿਊਮੈਨਿਟੀ ਦੇ ਸੱਦੇ 'ਤੇ। ਭਾਈ ਘਨੱਈਆ ਜੀ ਨੇ ਯੁੱਧ ਦੇ ਵਿੱਚ ਜਲ ਦੀ ਸੇਵਾ ਕੀਤੀ, ਉਸ ਆਸ਼ੇ 'ਤੇ ਚੱਲਦਿਆਂ ਉਹਨਾਂ ਦੇ ਸੰਕਲਪ ਨੂੰ ਅੱਜ ਦੁਹਰਾਉਂਦੇ ਹੋਏ ਅਸੀਂ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਜਿਹੜੇ ਮੈਰਾਥਨ ਹੋ ਰਹੀ ਆ ਉਹਦੇ ਵਿੱਚ ਜਿਹੜੇ ਰਨਰ ਸਾਰੀ ਦੁਨੀਆ ਭਰ ਤੋਂ ਆਏ ਨੇ, ਅਸੀਂ ਲਗਾਤਾਰ ਦੂਜਾ ਸਾਲ ਉਹਨਾਂ ਲੋਕਾਂ ਦੀ ਜਲ ਦਾ ਸੇਵਾ ਕਰ ਰਹੇ ਹਾਂ। ਇੱਥੇ ਆ ਕੇ ਮਨ ਬਹੁਤ ਖੁਸ਼ ਹੋਇਆ, ਇੱਥੇ ਛੋਟੇ ਬੱਚੇ, ਮਾਵਾਂ, ਬੀਬੀਆਂ, ਬਜ਼ੁਰਗ ਸਾਰੇ ਇੱਥੇ ਆ ਕੇ ਲੰਗਰਾਂ ਦੀ ਪਾਣੀ ਦੀ ਸੇਵਾ ਵਾਲੇ ਨਾਲ ਲੋਕਾਂ ਨੂੰ ਨਿਵਾਜ ਰਹੇ ਨੇ। ਮਨ ਬਹੁਤ ਖੁਸ਼ ਹੋਇਆ ਔਰ ਇਹੀ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਜਿੱਥੇ ਕਿਤੇ ਵੀ ਤੁਸੀਂ ਬੈਠੇ ਆ ਸਾਰੀ ਦੁਨੀਆ ਦੇ ਵਿੱਚ ਘਰੋਂ ਨਿਕਲੋ ਤੇ ਇਸ ਗੁਰੂ ਸਾਹਿਬ ਦੇ ਆਸ਼ੇ ਤੇ ਚੱਲਦਿਆਂ ਸੇਵਾ ਦਾ ਸੰਕਲਪ ਲੈ ਕੇ ਅੱਗੇ ਤੁਰੋ ਤੇ ਦੇਸ਼ ਦੀ ਸੇਵਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਮਾਊਂਟਨ ਹਾਊਸ ਤੋਂ ਆਏ ਆ ਅੱਜ help Gandhi, sole concept of selfless service, and you know it's amazing that we're able to represent that with Sikhs for Humanity and by giving water to these marathoners. Vaheguru ji ka khalsa, Vaheguru ji ki fateh. Main Rajdeep Singh Rishi ton ਇੱਥੇ ਸਿੱਖਸ ਫੋਰ ਹਿਊਮੈਨਿਟੀ ਦੇ ਵਾਟਰ ਸਟੇਸ਼ਨ ਦੇ ਉੱਤੇ ਅੱਜ ਮੈਰਾਥੋਨ ਜਿਹੜੀ ਸੈਨ ਫਰਾਂਸਿਸਕੋ 'ਚ ਹੋ ਰਹੀ ਆ ਉਹਦੇ ਵਿੱਚ ਪਾਰਟੀਸਪੇਟ ਕਰ ਰਹੇ ਹਾਂ। ਸਾਰੇ ਵਾਲੰਟੀਅਰਸ ਐਂਡ ਜਿਹੜੇ ਪਾਰਟੀਸਪੈਂਟਸ ਆ ਉਹਨਾਂ ਨੂੰ ਅਸੀਂ ਗੁਰੂ ਸਾਹਿਬ ਨੇ ਜਿੱਦਾਂ ਪਾਣੀ ਦਾ ਲੰਗਰ ਕੀਤਾ ਸੀਗਾ ਉਹ ਸੇਵਾ ਦੀ ਵਿੱਚ ਅਸੀਂ ਸਾਰਿਆਂ ਨੇ ਹਿੱਸਾ ਪਾ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਇੱਥੇ ਸੈਨ ਫਰਾਂਸਿਸਕੋ ਦੇ ਵਿੱਚ ਹਾਫ ਮੈਰਾਥੋਨ ਕੀਤੀ ਹੈ। ਕੈਲੀਫੋਰਨੀਆ ਦੇ ਜਿੰਨੇ ਵੀ ਪੰਜਾਬੀ ਕਮਿਊਨਿਟੀ ਦੇ ਅਸੀਂ ਤੁਸੀਂ ਦੇਖ ਰਹੇ ਹੋ ਪਿੱਛੇ 10 ਤੋਂ 12 ਅਸੀਂ ਇਸ ਟਾਈਮ ਹੈਗੇ ਹਾਂ। ਇਸ ਤੋਂ ਵੀ ਹੋਰ ਜ਼ਿਆਦਾ ਐਥਲੀਟ ਸ਼ਾਮਿਲ ਹੋਏ ਸੀਗੇ ਸਾਰੇ ਕੁੱਲ ਮਿਲਾ ਕੇ, ਵਿੱਚ ਕਈਆਂ ਨੇ 52 ਮੀਲ ਵੀ ਕੀਤੀ ਆ, ਪਰ ਅਸੀਂ ਜਿਹੜੀ ਆ ਹਾਫ ਮੈਰਾਥੋਨ ਕੀਤੀ ਆ 10 ਮੈਰਾਥੋਨ ਜਿੱਦਾਂ ਕਿ ਐਥਲੀਟ ਸੀਗੇ। ਹੁਣ ਅਸੀਂ ਸਿੱਖਸ ਫੋਰ ਹਿਊਮੈਨਿਟੀ ਦਾ ਜਿੱਥੇ ਪਾਣੀ ਦਾ ਲੰਗਰ ਲਾਇਆ ਵਾ ਉੱਥੇ ਖਤਮ ਕਰਕੇ ਸਾਰੇ ਇੱਥੇ ਆਪਣਾ ਕੰਪਲੀਟ ਕਰਕੇ ਜਿੰਨੀ ਵੀ ਆ ਸਾਰੇ ਇੱਥੇ ਪਹੁੰਚੇ ਆ ਅਤੇ ਬੜੀ ਖੁਸ਼ੀ ਦੀ ਗੱਲ ਹੈ ਸਾਰੀ ਕਮਿਊਨਿਟੀ ਲਈ। ਸਾਰੇ ਬਹੁਤ ਖੁਸ਼ ਨੇ ਅਤੇ ਇਸੇ ਤਰ੍ਹਾਂ ਜੇ ਹੋਰ ਅੱਗੇ ਵੀ ਕਰਦੇ ਰਹਿਣਗੇ ਤਾਂ ਬੜੀ ਵਧੀਆ ਗੱਲ ਆ। ਕਮਿਊਨਿਟੀ ਨੂੰ ਮੈਸੇਜ ਇਹੀ ਆ ਜੀ, ਸਿਹਤ ਦਾ ਧਿਆਨ ਰੱਖੋ, ਸਿਹਤ ਦੇ ਧਿਆਨ ਲਈ ਦੌੜਨਾ ਤਾਂ ਸਭ ਤੋਂ ਸਿਰੇ ਦੀ ਉਹ ਗੱਲ ਆ ਜੀ। ਜੇ ਤੁਸੀਂ ਦੌੜਨ ਵਾਲੇ ਪਾਸੇ ਆ ਗਏ ਤਾਂ ਫਿਰ ਸਿਹਤ ਆਪਣੇ ਆਪ ਮਗਰ ਤੁਰ ਪੈਂਦੀ ਆ। ਸੋ ਸਭ ਤੋਂ ਵਧੀਆ ਗੱਲ ਤਾਂ ਇਹੀ ਆ ਵੀ ਸਿਹਤ ਦਾ ਧਿਆਨ ਰੱਖੋ ਅਤੇ ਜੇ ਗੇਮ ਦੇ ਵਿੱਚ ਹਿੱਸਾ ਲੈਂਦੇ ਤਾਂ ਸਿਹਤ ਤਾਂ ਪਹਿਲਾਂ ਹੀ ਇੱਕ ਨੰਬਰ 'ਤੇ ਆਪਣੇ ਆਪ ਵਧੀਆ ਹੋਣੀ ਚਾਹੀਦੀ ਆ, ਹੋ ਹੀ ਜਾਂਦੀ ਆ। ਸੈਨ ਫਰਾਂਸਿਸਕੋ ਪਿਛਲੇ ਸਾਲ ਵੀ ਆਏ ਸੀਗੇ ਜੀ ਭਾਜੀ, ਅਤੇ ਐਤਕੀ ਵੀ ਦੂਸਰੀ ਵਾਰੀ ਪਿਛਲੇ ਸਾਲ ਅਸੀਂ 5 ਕਿਲੋਮੀਟਰ ਕੀਤੀ ਸੀਗੀ ਅਤੇ ਇਸ ਲਈ ਐਤਕੀ 13 ਮੀਲਾਂ ਕੀਤੀਆਂ, ਪਰ ਬਹੁਤ ਵਧੀਆ ਲੱਗ ਰਿਹਾ। ਇੱਕ ਤਾਂ ਵੈਦਰ ਬਹੁਤ ਵਧੀਆ ਹੁੰਦਾ ਅਤੇ ਇੱਥੇ ਆਪਣੀ ਕਮਿਊਨਿਟੀ ਬਹੁਤ ਹੈਲਪ ਕਰਦੀ ਆ, ਜਿੱਦਾਂ ਤੁਸੀਂ ਕਰਦੇ ਆ ਸਾਰੇ ਇਕੱਠੇ ਹੋ ਕੇ ਬਹੁਤ ਖੁਸ਼ੀ ਹੁੰਦੀ ਆ ਜੀ।